कोरोना वायरस का खतरा दिन ब दिन वधदा जा रहा है ते सरकार वल्लों लोकां दीआं जिंदगियां इस वायरस तो बचाण दे लई दुकाना लैफ्ट राइट पैटर्न दे हिसाब नाल खोलण दीआं हिदायतां जारी कीतीआं होईआं हन। पर कुछ दुकानदार सरकार वल्लों जारी हिदायतां दी पालना नहीं कर रहे, जिस दे चलदिआं बाजारां विच दुकानदारां वल्लों लैफ्ट राइट दोनों साइड दीआं दुकानां खोलीआं गईआं सन अते वड्डी तादाद विच लोग सड़कां बाजारां विच घूमदे नज़र आ रहे सन, जिसनूं देख के लगदा सी कि इह बीमारी खत्म तां की होणी होर वड्डा रूप धारण कर सकती है। ਇਹ ਤਾਂ ਵੀ 10 ਰੋਡ ਹਲ ਬਾਜ਼ਾਰ ਬਿਮਾਰੀ ਵੱਧਦੀ ਤਾਂ ਬਹੁਤ ਪਈ ਹੈ। ਰਸ਼ ਦਾ ਮਤਲਬ ਇਹ ਹੈਗਾ ਕਿ ਹੁਣ ਜਿਹੜੀ ਇੱਕ ਸਾਈਡ ਖੁੱਲ੍ਹੀ ਹੈ ਨਾ ਦੁਕਾਨਾਂ, ਅਗਰ ਇੱਕ ਸਾਈਡ ਨਾ ਖੁੱਲ੍ਹਣ ਦੋ ਸਾਈਡ ਦੁਕਾਨਾਂ ਖੁੱਲ੍ਹਣ ਅਤੇ ਜਿਹੜੇ ਦੁਕਾਨਦਾਰ ਆਪਣੀ ਦੁਕਾਨਾਂ ਅੱਗੇ ਖਲੋਤੇ ਨੇ ਇਹ ਰਸ਼ ਨਾ ਪਵੇ, ਅਤੇ ਇਹਦੇ ਨਾਲ ਆਪਾਂ ਜਿਹੜੇ ਦੁਕਾਨਦਾਰ ਨੇ ਉਹ ਸਾਰੇ ਆਪਣੇ ਆਪਣੀ ਦੁਕਾਨ ਅੰਦਰ ਰਹਿਣ ਅਤੇ ਆਪਣੇ ਆਪ ਰਸ਼ ਘੱਟ ਜਾਂਦਾ। ਅਤੇ ਇਹ ਰਸ਼ ਦਾ ਕਾਰਨ ਆਪਣਾ ਦਵਾਈਆਂ ਮਾਰਕੀਟ ਜਿੰਨੇ ਵੀ ਤਕਰੀਬਨ ਕਾਫੀ ਸਾਰੇ ਜਿਹੜੇ ਲੋਕ ਨੇ ਰਿਕਸ਼ੇ ਵਾਲੇ ਵੀ ਥ੍ਰੀ ਵੀਲਰ ਵਾਲੇ ਵੀ ਰਾਮਬਾਗ ਜਾਣ ਦੀ ਬਜਾਏ ਇਸ ਪਾਸੇ ਨੂੰ ਆਉਂਦੇ ਨੇ, ਉਹ ਰਸਤਾ ਛੋੜ ਪੈਂਦਾ, ਭਾਵੇਂ ਇੱਧਰ ਲੰਘਣ ਲੱਗਿਆ ਉਹਨੂੰ ਅੱਧਾ ਘੰਟਾ ਲੱਗ ਜਾਏ। ਆਹ ਸੱਜੇ ਕਬੇ ਖੋਲ੍ਹ ਕੇ ਬੈਠੇ ਆ ਜੀ, ਹੁਣ ਕੀ ਕਰੀਏ, ਦੁਕਾਨਦਾਰ ਦੀ ਮਜਬੂਰੀ ਆ, ਕਿੱਥੋਂ ਖਾਣੀ ਰੋਟੀ। ਅੱਜ ਤਾਂ ਰਸ਼ ਘੱਟ ਹੀ ਹੈ, ਵੈਸੇ ਬਾਜ਼ਾਰ ਭੀੜਾ ਹੋਣਗੇ ਰਸ ਹੁੰਦਾ ਹੀ ਹੈ, ਉਹ ਖੁੱਲ੍ਹੀਆਂ ਮਾੜਾ ਮੋਟਾ ਕੋਈ ਕੰਮ ਕਰਨ ਆਉਂਦੇ ਬਸ, ਹੋਰ ਕੀ ਹੈ। ਤੁਸੀਂ ਤੁਹਾਡੇ ਸਾਹਮਣੇ ਵੇਖ ਲਓ ਦੁਕਾਨਾਂ ਬੰਦ ਹੀ ਹੈ, ਪਾਲਣ ਤਾਂ ਕਰ ਲਈਏ ਲੋਕ, ਰਾਜ ਥੋੜ੍ਹਾ ਘੱਟ ਹੋਣਾ ਚਾਹੀਦਾ, ਹੋਰ ਕੀ ਹੈ। ਮਾਸਕ ਬਿਲਕੁਲ ਜ਼ਰੂਰੀ ਹੈਗਾ, ਮਾਸਕ ਤਾਂ ਪਾਉਣਾ ਚਾਹੀਦਾ, ਜੇ ਕੰਮ ਹੈ ਘਰੋਂ ਬਾਹਰ ਨਿਕਲੋ, ਪੈਸੇ ਆਉਣ ਦਾ ਫਾਇਦਾ ਹੀ ਕੋਈ ਨਹੀਂ। ਕੋਰੋਨਾ ਵਾਇਰਸ ਦੀ ਵੱਧ ਰਹੀ ਮਹਾਂਮਾਰੀ ਨੇ ਜਿੱਥੇ ਸਾਰੇ ਦੇਸ਼ਾਂ ਦੀ ਨੀਂਦ ਨੂੰ ਉਡਾ ਕੇ ਰੱਖ ਦਿੱਤਾ, ਉੱਥੇ ਹੀ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੇ ਲਈ ਸਰਕਾਰ ਵੱਲੋਂ ਸੱਜਾ ਅਤੇ ਖੱਬਾ ਪੈਟਰਨ ਦੇ ਹਿਸਾਬ ਨਾਲ ਦੁਕਾਨਾਂ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ, ਅਤੇ ਜ਼ਰੂਰੀ ਕੰਮ ਹੋਵੇ ਤਾਂ ਘਰੋਂ ਬਾਹਰ ਆਉਣ ਦੀਆਂ ਗੱਲ ਆਖੀ ਗਈ ਹੈ। ਪਰ ਲੋਕਾਂ ਦੀ ਗੱਲ ਕਰੀਏ ਤਾਂ ਵੱਡੀ ਤਾਦਾਦ ਦੇ ਵਿੱਚ ਅੱਜ ਵੀ ਸੜਕਾਂ 'ਤੇ ਨੇ, ਜੋ ਕਿ ਬਿਮਾਰੀ ਨੂੰ ਹੋਰ ਵਧਾਵਾ ਦੇ ਰਹੇ ਨੇ, ਅਤੇ ਆਉਣ ਵਾਲੇ ਸਮੇਂ 'ਚ ਬਿਮਾਰੀ ਠੀਕ ਤਾਂ ਕੀ ਹੋਣੀ ਹੈ, ਹੋਰ ਵੱਧਦੀ ਜਾਣੀ ਹੈ, ਅਤੇ ਸੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਦੇ ਲਈ ਸੱਜੇ ਖੱਬੇ ਦੇ ਹਿਸਾਬ ਨਾਲ ਹੀ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ, ਅਤੇ ਜ਼ਰੂਰੀ ਕੰਮ ਹੋਵੇ ਤਾਂ ਘਰੋਂ ਬਾਹਰ ਆਉਣ, ਨਹੀਂ ਤਾਂ ਆਪਣੇ ਘਰਾਂ 'ਚ ਰਹਿਣ, ਤਾਂ ਜੋ ਇਸ ਮਹਾਂਮਾਰੀ ਦੇ ਉੱਪਰ ਠੱਲ ਪਵੇ। ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼, ਅੰਮ੍ਰਿਤਸਰ।